ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੰਦੂਰ ਚ ਕੇਕ ਬਣਾਵਾਂਗੇ ਜੀ। ਅਤੇ ਬੱਚਿਆਂ ਦੀ ਬਹੁਤ ਡਿਮਾਂਡ ਸੀਗੀ ਵੀ ਕੇਕ ਬਣਾਓ, ਅਤੇ ਅੱਜ ਆਹ ਦੇਖੋ ਅਸੀਂ ਹੁਣ ਅੱਗ ਮਚਾਵਾਂਗੇ, ਪਹਿਲਾਂ ਤੰਦੂਰ ਪਕਾਵਾਂਗੇ। ਹੁਣ ਮੈਂ ਬਾਲਾ ਰੱਖੂੰਗੀ, ਪਕਾਵਾਂਗੇ ਆਪਾਂ ਇਹਨੂੰ। ਦੇਖੋ ਜੀ ਮੇਰੀ ਬੇਟੀ ਗਾਜਰਾਂ ਸੁੱਲ ਰਹੀ ਆ। ਦੇਖੋ ਅੱਧੀ ਕੌਲੀ ਮੈਂ ਦੁੱਧ ਦੀ ਲਈ ਆ ਬਣਾਉਣ ਵਾਸਤੇ, ਅੱਧੀ ਕੌਲੀ ਮੈਂ ਲਈ ਆ ਖੰਡ ਚੀਨੀ ਦੀ, ਅਤੇ ਮੈਂ ਘੋਲਾਂਗੀ ਚੰਗੀ ਤਰ੍ਹਾਂ। ਹਾਂਜੀ ਅੱਧੀ ਕੌਲੀ ਮਿਲਕ ਪਾਊਡਰ ਪਾਵਾਂਗੇ ਆਪਾਂ। ਹਾਂਜੀ ਅੱਧੀ ਕੌਲੀ ਆਪਾਂ ਘਿਓ ਵੀ ਪਾਵਾਂਗੇ, ਇੱਕ ਚਮਚ ਆਪਾਂ ਬੇਕਿੰਗ ਪਾਊਡਰ ਪਾਵਾਂਗੇ। ਇਹਨਾਂ ਨੂੰ ਮਿਕਸ ਕਰਾਂਗੇ 15 ਮਿੰਟਾਂ ਤੱਕ ਵਧੀਆ। ਹਾਂਜੀ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਿਆ, ਅਤੇ ਆਹ ਮੈਂ ਡਸਟਿੰਗ ਕੀਤੀ ਹੈਗੀ ਭਾਂਡੇ ਦੀ ਕੇਕ ਵਾਲੇ ਦੀ, ਅਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ। ਦੇਖੋ ਜੀ ਹੁਣ ਆਪਾਂ ਚੈਰੀਆਂ ਪਾਵਾਂਗੇ।
ਪਹਿਲਾਂ ਸਟੈਂਡ ਰੱਖਾਂਗੇ। ਹੁਣ ਅਸੀਂ ਇਹਨੂੰ ਰੱਖ ਲਾਂਗੇ। ਇਹਦੀ ਅੱਗ ਬੰਦ ਕਰ ਦਾਂਗੇ ਸੇਕ, ਵੀ ਸਾਰੇ ਪਾਸੋਂ ਬਣੀ ਜਾਵੇ। 20-25 ਮਿੰਟ ਤੱਕ ਪਕਾਵਾਂਗੇ ਆਪਾਂ, ਬਣ ਜੂਗਾ ਉਹਨੂੰ 20-25 ਮਿੰਟਾਂ ਤੱਕ ਭਾਫ ਬੰਦ ਰੱਖਾਂਗੇ। ਦੇਖੋ ਜੀ ਕੇਕ ਬਣ ਕੇ ਤਿਆਰ ਹੈਗਾ, ਬਹੁਤ ਸੌਫਟ ਬਣਿਆਗਾ। ਦੇਖੋ ਇਹਦੇ ਵਿੱਚ ਦੀ ਹਵਾ ਪੈਂਦੀ ਹੈ ਨਾ, ਉੱਪਰ ਨਹੀਂ ਸੇਕ ਲੱਗਣਾ ਇਹਦੇ ਵਿੱਚ। ਸਟੈਂਡ ਰੱਖਾਂ ਪਹਿਲਾਂ, ਕਾਲਾ ਜਿਹਾ ਦੇ ਦੇ।